ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਇਸ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਢਾੜੂ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੋਬਰੋ ਕਰਾਂਗੇ ਸੋ ਵੀਡੀਓ ਦੇ ਵਿੱਚ ਹੰਤਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਦਰਾਹਾ ਦੇ ਸ਼੍ਰੀ ਗੁਰੂ ਸ਼੍ਰੀ ਗੁਟਕਾ ਸਾਹਿਬ ਦੀ ਬਿਆਦਬੀ ਕੁੱਟਮਾਰਤ ਬਾਦ ਕੀਤਾ ਪੁਲਿਸ ਵੱਲੋਂ ਹਲਕਾ ਦਰਾਹਾ ਦੇ ਪਿੰਡ ਲੰਡਾ ਚ ਗੁਟਕਾ ਸਾਹਿਬ ਦੀ ਬਿਆਦਬੀ ਦਾ ਮਾਮਲਾ ਸਾ ਜਿਸ ਨੂੰ ਲੈ ਕੇ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਹੈ ਜਿਸ ਨੂੰ ਬੇਇੱਜ਼ਤੀ ਕਰ ਰਿਹਾ ਹੈ ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੰਨ ਲਿਆ ਕਿ ਉਸਨੇ ਸ਼੍ਰੀ ਗੁਟਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਮੌਜੂਮ ਨੂੰ ਪੁਲਿਸ ਵਾਲੇ ਕਰ ਦਿੱਤਾ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੌਜੂਮ ਸ਼੍ਰੀ ਗੁਟਕਾ ਸਾਹਿਬ ਦੀ ਬੇਇੱਜ਼ਤੀ ਕਰ ਰਿਹਾ ਹੈ ਨਾਲ ਹੀ ਉੱਪਰ ਜੁੱਤੀ ਰੱਖ ਕੇ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਮੌਜੂਮ ਨੇ ਇਹ ਕਬੂਲ ਕੀਤਾ ਕਿ ਉਸਨੇ ਸ਼੍ਰੀ ਗੁਟਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਇਸ ਮੌਜੂਮ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਨੌਕਰੀ ਭਾਲ ਕਰ ਰਿਹਾ ਹੈ ਆਰੋਸ ਨੂੰ ਕੰਮ ਨਹੀਂ ਮਿਲ ਰਹਾ ਲੰਬੇ ਸਮੇਂ ਤੋਂ ਬੇਰੋਜ਼ਗਾਰ ਰਹਿਣ ਕਾਰਨ ਉਹ ਬਹੁਤ ਪਰੇਸ਼ਾਨ ਸੀ ਇਸ ਨੂੰ ਲੈ ਕੇ ਸਮਾਜ ਸੇਵੀ ਨੇ ਅਕਸਰ ਅਜਿਹੀ ਘਟਨਾ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਮੋਲਜਮ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਪਰ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਜਿਹਾ ਕੁਝ ਨਹੀਂ ਹੈ ਮੋਲਜਮ ਬਿਲਕੁਲ ਠੀਕ ਹੈ ਉਸ ਦੇ ਖਿਲਾਫ 295 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਬਲਵੰਤ ਸਿੰਘ ਰਾਜਵਾਨਾ ਨੇ ਭੁੱਖ ਹੜਤਾਲ ਕੀਤੀ ਸ਼ੁਰੂ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਆਪਣੇ ਐਲਾਨ ਅਨੁਸਾਰ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਖਾਣਾ ਦਿੱਤਾ ਤਾਂ ਰਾਜੂਵਾਨਾ ਨੇ ਖਾਣ ਤੋਂ ਮਨਾ ਕਰ ਦਿੱਤਾ ਦੱਸਦੀ ਕਿ ਰਾਜੂਵਾਨਾ ਨੇ ਇੱਕ ਹੋਰ ਚਿੱਠੀ ਜਿ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੂੰ ਲਿਖੀ ਉਹਨਾਂ ਨੇ ਕਿ ਮੈਨੂੰ ਇਹਨਾਂ ਸਿਆਸੀ ਘੁੰਮਣਘੇਰੀਆਂ ਵਿੱਚੋਂ ਕੱਢੋ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਉਹਨਾਂ ਜਥੇਦਾਰ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਕਿਹਾ ਕਿ ਤੁਸੀਂ ਮੇਰੀ ਪਹਿਲੀ ਚਿੱਠੀ ਸੰਬੰਧੀ ਆਦੇਸ਼ ਤਾਂ ਜਾਰੀ ਕਰ ਦਿੱਤੇ ਪਰ ਕਿਸੇ ਦੀ ਜਵਾਬਦੇਹੀ ਤਾ ਨਹੀਂ ਕੀਤੀ ਇਹ ਖਬਰ ਮਿਲਦੇ ਹੈ ਐਸਜੀਪੀਸੀ ਨੇ ਵੀ ਅਹਿਮ ਬੈਠਕ ਬੁਲਾ ਲਈ ਹੈ ਤੇ ਅਗਲੀ ਚ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਇਸ ਬੈਠਕ ਵਿੱਚ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਵੀ ਸੱਦ ਦਿੱਤਾ ਗਿਆ ਹੈ ਇਹ ਐਮ ਮੀਟਿੰਗ ਭਲਕੇ ਹੋਵੇਗੀ ਪੰਜਾਬ ਵਿੱਚ 8 IAS ਅਤੇ 11 PPS ਅਧਿਕਾਰੀਆਂ ਦੇ ਤਬਾਦਲੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 8 IAS ਅਤੇ 11 PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਦੇ ਨਾਵਾਂ ਦੀ ਪੂਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਸਾਰੇ ਅਧਿਕਾਰੀਆਂ ਨੂੰ ਨਵੇਂ ਵਿਭਾਗਾਂ ਦਾ ਚਾਰਜ ਦੇ ਦਿੱਤਾ ਗਿਆ ਪੂਰੀ ਡਿਟੇਲ ਲਿਸਟ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਸਕੂਲਾਂ 'ਚ ਮਿਡ-ਡੇ ਮੀਲ ਪ੍ਰੋਸਸ ਨੂੰ ਲੈ ਕੇ ਸਖਤ ਹੁਕਮ ਜਾਰੀ ਬੱਚਿਆਂ ਤੋਂ ਪਹਿਲਾਂ ਸਕੂਲ ਮੁਖੀ ਖੁਦ ਚੱਖਣ ਕੇ ਖਾਣਾ ਹੇਠ ਤੱਕ ਵੱਡੀ ਖਬਰ ਸਾਹਮਣੇ ਆਇਆ ਹੈ ਸੰਗਰੂਰ ਦੇ ਇੱਕ ਸਰਕਾਰੀ ਸਕੂਲ 'ਚ ਮਿਡ-ਡੇ ਮੀਲ ਖਾਣ ਤੋਂ ਬਾਅਦ ਵਿਦਿਆਰਥੀ ਦੀ ਸਿਹਤ ਵਿਗੜਨ ਦੀ ਚਿੰਤਾਜਨਕ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਹਰਕਤ ਦੇ ਵਿੱਚ ਆ ਗਿਆ ਹੈ ਇਸ ਸੰਬੰਧੀ ਪੰਜਾਬ ਮਿਡ-ਡੇ ਮੀਲ ਸੁਸਾਇਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਸਰਕਾਰੀ ਸਕੂਲਾਂ 'ਚ ਮਿਡ-ਡੇ ਮੀਲ ਤਿਆਰ ਕਰਨ ਅਤੇ ਪਰੋਸਣ ਸੰਬੰਧੀ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਤਾਂ ਇਹਨਾਂ ਦਿਸ਼ਾਖਤੀ ਨਾਲ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਸਕੂਲ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੀ ਸਰਵਉੱਚਤਮ ਮਹੱਤਤਾ ਤੇ ਜ਼ੋਰ ਦਿੰਦੇ ਹਨ ਹਦਾਇਤਾਂ ਅਨੁਸਾਰ ਕਿਸੇ ਵੀ ਸਕੂਲੀ ਬੱਚੇ ਨੂੰ ਮੈਡੇ ਮੀਲ ਪ੍ਰੋਸਸਨ ਤੋਂ ਪਹਿਲਾਂ ਮੈਡੇ ਮੀਲ ਵਰਕਰ ਇਨਚਾਰਜ ਅਤੇ ਬਾਅਦ ਸਕੂਲ ਮੁਖੀ ਵੱਲੋਂ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਚੱਖਣਾ ਹੋਵੇਗਾ ਚੱਖਣਾ ਤੇ ਨਿਰੀਖਣ ਪ੍ਰਕਿਰਿਆ ਤੋਂ ਬਾਅਦ ਹੀ ਵਿਦਿਆਰਥੀ ਨੂੰ ਮੈਡੇ ਮੀਲ ਪ੍ਰੋਸਸਨ ਦੀ ਮਨਜ਼ੂਰੀ ਦਿੱਤੀ ਜਾਵੇਗੀ ਪਟਵਾਰੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੂ ਹੁਕਮ ਦਿੱਤੇ ਹਨ ਕਿ ਪਟਵਾਰ ਕਾਨੇ ਵਿੱਚ ਪਟਵਾਰੀ ਅਧਿਕਾਰੀਆਂ ਨੂੰ ਨੌਕਰੀ ਦੇਣ ਦੀ ਬਜਾਏ ਆਪਣੇ ਤੌਰ ਤੇ ਕੰਮ ਕਰਨਗੇ ਪਰ ਹੁਕਮਾਂ ਦੇ ਬਾਵਜੂਦ ਕੁਝ ਪਟਵਾਰੀ ਅਜੇ ਹਨ ਜੋ ਮਰਜ਼ੀ ਤੋਂ ਗਰੇਜ ਨਹੀਂ ਕਰ ਰਹੇ ਕੁਝ ਪਟਵਾਰੀ ਅਜੇ ਹਨ ਜੋ ਖੁਦ ਕੰਮ ਕਰਨ ਦੀ ਬਜਾਏ ਪ੍ਰਾਈਵੇਟ ਏਜੰਟਾਂ ਤੋਂ ਕੰਮ ਕਰਵਾ ਕੇ ਸਰਕਾਰੀ ਰਿਕਾਰਡ ਉਹਨਾਂ ਦੇ ਹਵਾਲੇ ਕਰ ਦਿੰਦੇ ਹਨ ਅਜੇ ਇਹ ਜੋ ਉਹ ਪ੍ਰਾਈਵੇਟ ਅਧਿਕਾਰੀ ਵੀ ਭ੍ਰਸ਼ਟਾਚਾਰ ਨੂੰ ਚੜਾਵਾ ਦਿੰਦੇ ਹਨ ਜੇਕਰ ਲੁਧਿਆਣਾ ਦੀ ਗੱਲ ਕਰੀ ਤਾਂ ਸੈਕਟਰ 32 77 ਤਰਫ ਸਹਿਦਾ ਦੇ ਪਰਿਵਾਰਖਾਨੇ ਵਿੱਚ ਵੀ ਅੱਜ ਵੀ ਪਟਵਾਰੀ ਪ੍ਰਾਈਵੇਟ ਪਟਵਾਰੀ ਕੰਮ ਕਰ ਰਹੇ ਹਨ ਪਟਵਾਰਖਾਨੇ ਚ ਕੰਮ ਕਰਦੇ ਅਧਿਕਾਰੀਆਂ ਨੂੰ ਕੈਮਰੇ ਚ ਕੈਦ ਕਰ ਲਿਆ ਗਿਆ ਹੈ ਜਿਸ ਚ ਸਾਫ ਦਿਖਾਈ ਦੇ ਰਿਹਾ ਕਿ ਪਟਵਾਰੀ ਮੇਜ਼ ਤੇ ਬੈਠਾ ਜਦਕਿ ਉਸਦੇ ਦੋ ਅਧਿਕਾਰੀ ਕੰਮ ਕਰ ਰਹੇ ਹਨ ਇੱਕ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰ ਰਿਹਾ ਜਦਕਿ ਦੂਜਾ ਸਰਕਾਰੀ ਰਿਕਾਰਡ ਲੈ ਕੇ ਘੁੰਮ ਰਿਹਾ ਹੈ ਕੈਨੇਡਾ ਦੇ ਬ੍ਰੈਂਪਟਨ ਚ ਹੋਏ ਹਮਲੇ ਦਾ ਮਾਮਲਾ ਕੈਨੇਡੀਅਨ ਪੁਲਿਸ ਨੂੰ ਚਾਰ ਪੰਜਾਬੀ ਨੌਜਵਾਨਾਂ ਦੀ ਭਾਲ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿੱਚ ਹੋਏ ਇੱਕ ਗੰਭੀਰ ਹਮਲੇ ਦੇ ਸਬੰਧ ਦੇ ਵਿੱਚ ਪੁਲਿਸ ਨੇ 22 ਤੋਂ 30 ਸਾਲ ਦੀ ਉਮਰ ਦੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਲੋਕਾਂ ਦੀ ਮਦਦ ਮੰਗੀ ਹੈ। ਅਫਤਾਬ ਗਿਲ, ਹਰਮਨਦੀਪ ਸਿੰਘ, ਜਤਿੰਦਰ ਸਿੰਘ ਅਤੇ ਸੰਤਨਾਮ ਸਿੰਘ ਨੇ 8 ਸਤੰਬਰ ਨੂੰ ਮੈਂ ਜਿਹੜਾ ਹੈ ਮੈਕਲੌਫਟਲਨ ਰੋਡ ਅਤੇ ਰੇਲ ਆਸਨ ਬੁਲੇਵਾਰਡ ਦੇ ਇਲਾਕੇ ਵਿੱਚ ਇੱਕ ਪੀੜਤ ਤੇ ਹਮਲਾ ਕੀਤਾ ਸੀ। ਪੀੜ ਰੀਜਨਲ ਪੁਲਿਸ ਦੇ ਕ੍ਰਿਮినਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਈ ਜਾਣਿਆਂ ਨੇ ਪੀੜਤ ਤੇ ਹਮਲਾ ਕੀਤਾ ਤੇ ਮੌਕੇ ਤੋਂ ਭੱਜ ਗਏ। ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਨਾਲ-ਨਾਲ ਸਬਸਕ੍ਰਾਈਬ ਕਰਦੇ ਰਹਿਣਾ ਜੀ ਵਾਦਦੇ ਆ ਅਗਲੀ ਖਬਰ ਦੇ ਨਾਲ। 10 ਦਿਨ ਪਹਿਲਾਂ ਹੋਇਆ ਸੀ ਵਿਆਹ ਕਰਵਾ ਲਈ ਨੂੰ ਲੈਣ ਜਾ ਰਹੇ ਸੀ ਸਹੁਰੇ ਨੌਜਵਾਨ ਦੀ ਮੌਤ। ਮਰਿੰਡਾ ਸ਼੍ਰੀ ਚਮਕੌਰ ਸਾਹਿਬ ਸੜਕ ਉੱਤੇ ਪੈਂਦੇ ਪਿੰਡ ਸਰਹਾਨਾ ਵਿੱਚ ਇੱਕ ਨੌਜਵਾਨ ਦੀ ਕਾਰ ਹਾਦਸੇ ਦੇ ਵਿੱਚ ਮੌਤ ਹੋ ਗਈ ਜਾਣਕਾਰੀ ਅਨੁਸਾਰ ਨੌਜਵਾਨ ਦਾ ਹਾਲੇ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਆਪਣੀ ਪਤਨੀ ਨੂੰ ਲੈਣ ਲਈ ਸੋਹਰੇ ਘਰ ਰੁੜਕੀ ਹੀरां ਲਈ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਪਿੱਛੋਂ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਪੁਲਿਸ थाना सदर ਮੋਰਿੰਡਾ ਦੇ ਐਸਐਚਓ ਇੰਸਪੈਕਟਰ ਸੁਮੇਸ਼ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਟਪਰੀਆਂ ਜ਼ਿਲ੍ਹਾ ਮੋਹਾਲੀ ਆਪਣੇ ਸੋਹਰੇ ਘਰ ਪਿੰਡ ਰੁੜਕੀ ਹੀरां ਆਪਣੀ ਪਤਨੂ ਲਹਿਣ ਜਾ ਰਿਹਾ ਸੀ ਕਿ ਉਸ ਦੀ ਵਰਨਾਕਾਰ ਕਿਸੇ ਕਾਰਨ ਬਿਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਵਜੇ ਇਸ ਕਾਰਨ ਉਹ ਗੰਭੀਰ ਰੂਪੇ ਜ਼ਖਮੀ ਹੋ ਗਿਆ ਤੇ ਲਾਇਦਰੋਂ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਅਗਲੀ ਖਬਰ ਦੋ ਟਰੱਕਾਂ ਦੀ ਆਹਮੋ ਸਾਹਮਣੀ ਟੱਕਰ ਚ ਇੱਕ ਡਰਾਈਵਰ ਦੀ ਮੌਤ ਹੁਸ਼ਿਆਰਪੁਰ ਤੋਂ ਖਬਰ ਹੈ ਮੁੱਖ ਸੜਕ ਤੇ ਦੁਪਹਿਰ ਵੇਲੇ ਦੋ ਟਰੱਕਾਂ ਵਿਚਾਲੇ ਵਾਪਰੇ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਟਰੱਕ ਡਰਾਈਵਰ ਤੇ ਉਸ ਦਾ ਸਹਾਇਕ ਗੰਭੀਰ ਰੂਪ ਦੇ ਵਿੱਚ ਜਕਮੀ ਹੋ ਗਿਆ ਜਿਸ ਨੂੰ ਮੌਕੇ ਤੇ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇੱਕ ਟਰੱਕ ਦਾ ਕੈਬਨ ਬੁਰੀ ਤਰ੍ਹਾਂ ਫਸ ਗਿਆ ਤੇ ਡਰਾਈਵਰ ਦੀ Laash ਕੈਬਨ ਦੇ ਵਿੱਚ ਬੁਰੀ ਤਰ੍ਹਾਂ ਫਸ ਗਈ ਡੀਐਸਪੀ ਟਾਂਡਾ ਕੁਲਵੰਤ ਸਿੰਘ ਅਤੇ ਐਸਐਚਓ ਟਾਂਡਾ ਓਂਕਾਰ ਸਿੰਘ ਬਰਾੜ ਵੱਲੋਂ ਪੁਲਿਸ ਪਾਰਟੀ ਕ੍ਰੇਨ ਤੇ ਟਰੈਕਟਰ ਦੀ ਮਦਦ ਨਾਲ ਕੈਬਨ ਦੇ ਵਿੱਚ ਮ੍ਰਿਤਕ ਦੀ Laash ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਲੀ ਖਬਰ ਪੁਲਿਸ ਨੂੰ ਛੱਡ ਕੇ ਪੰਜਾਬ ਸਰਕਾਰ ਦੇ 51 ਵਿਭਾਗਾਂ ਨੇ ਕੀਤੀ ਕਲਮ ਛੋੜ ਹੜਤਾਲ ਪਰ ਇਸੇ ਲਈ ਛੱਡ ਪੰਜਾਬ ਸਰਕਾਰ ਦੇ 51 ਵਿਭਾਗਾਂ ਵੱਲੋਂ ਕਲਮ ਛੂੜ ਹੜਤਾਲ ਕੀਤੀ ਗਈ ਹੈ ਇਸ ਨਾਲ ਸਰਕਾਰ ਦੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਆਨਲਾਈਨ ਅਤੇ ਕਾਗਜ਼ੀ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ 8 ਨਵੰਬਰ 2023 ਤੋਂ ਆਪਣੀ ਮੰਗ ਹੱਕੀ ਮੰਗਨ ਨੂੰ ਲੈ ਕੇ ਕਲਮ ਛੂੜ ਹੜਤਾਲ ਕੀਤੀ ਗਈ ਇਸ ਲਈ ਆਨਲਾਈਨ ਅਤੇ ਕੰਪਿਊਟਰ ਦੇ ਕੰਮ ਬੰਦ ਕੀਤੇ ਗਏ ਹਨ ਲਗਾਤਾਰ ਪੰਜਾਬ ਸਰਕਾਰ ਖਿਲਾਫ ਜ਼ਿਲ੍ਹਾ ਪੱਧਰ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਸੀਮਾਨ ਦੀ ਹਦਾਇਤ ਗੈਂਗਸਟਰ ਇੱਕ ਚੌਕ ਅਪਰਾਧ ਕਰਕੇ ਦੂਜੇ ਤੱਕ ਪਹੁੰਚਣ ਨਹੀਂ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਅਧਸਰਾਂ ਨਾਲ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਕਾਨੂੰਨ ਵਿਵਸਥਾ ਸਣੇ ਕਈ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਅਪਰਾਧ ਉੱਤੇ ਸਖਤੀ ਨਾਲ ਪੇਸ਼ ਆਉਣ ਲਈ ਆਖਿਆ ਗਿਆ ਮੁੱਖ ਮੰਤਰੀ ਦੇ ਹਦਾਇਤ ਹੈ ਕਿ ਕਾਰਵਾਈ ਦਾ ਅਸਰ ਹੇਠਾਂ ਤੱਕ ਦਿਖਣਾ ਚਾਹੀਦਾ ਹੈ ਜੇਕਰ ਕੋਈ ਗੈਂਗਸਟਰ ਇੱਕ ਚੌਕ ਉੱਤੇ ਅਪਰਾਧ ਕਰਦਾ ਤਾਂ ਅਗਲੇ ਚੌਕ ਤੱਕ ਪਹੁੰਚਣ ਨਹੀਂ ਦੇਣਾ ਚਾਹੀਦਾ ਪੁਲਿਸ ਦੀ ਕਾਰਵਾਈ ਅੰਨੀ ਤੇਜ਼ ਹੋਣੀ ਚਾਹੀਦੀ ਹੈ ਫਰੋਤੀਆਂ ਦੇ ਮਾਮਲੇ ਦੇ ਵਿੱਚ ਉੱਤੇ ਖਾਸ ਧਿਆਨ ਦੇਣ ਬਾਰੇ ਕਿਹਾ ਗਿਆ ਉਹਨਾਂ ਅਜਿਹੇ ਮਾਮਲਿਆਂ ਤੇ ਸਖਤੀ ਨਾਲ ਕੰਮ ਕਰਨ ਦੀ ਲੋੜ ਆਖੀ ਹੈ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਵਾਦ-ਵਤਰਾ ਦਾ ਕਾਇਮ ਕਰਨ ਲਈ ਆਖਿਆ ਗਿਆ ਸ਼ਹਿਰਾਂ ਦੇ ਬਾਜ਼ਾਰ ਤਨਾਤ ਉੱਤੇ ਸਖਤੀ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ ਅਗਲੀ ਖਬਰ ਕੋਆਪਰੇਟਿਵ ਸੁਸਾਇਟੀਆਂ 'ਚ ਕਪੜੇ ਦੀ ਖੁੱਲੇਗੀ ਪੋਲ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਪੰਜਾਬ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਕਪੜਿਆਂ ਦਾ ਪੋਲ ਖੁੱਲੇਗਾ ਅਸਲੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਸਰਕਾਰ ਵੱਲੋਂ ਸੂਬੇ ਦੀਆਂ ਤਕਰੀਬਨ 19000 ਪੈੰਡੂ ਸਹਿਕਾਰੀ ਸੁਭਾਵਾਂ ਦਾ ਆਡਿਟ ਕਰਵਾਇਆ ਜਾਵੇਗਾ ਸੂਤਰਾਂ ਮੁਤਾਬਕ ਪੈੰਡੂ ਸਹਿਕਾਰੀ ਸੁਭਾਵਾਂ ਦੇ ਘੱਟ ਰਹੇ ਵਾਧਰੇ ਘਾਟੇ ਤੇ ਸੁਭਾਵਾਂ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਕਪੜਿਆਂ ਨੂੰ ਦੇਖਦਿਆਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਸੋ ਇਹ ਸਾਨੂੰ ਅੱਜ ਦੀਆਂ ਮੁੱਖ ਖਬਰਾਂ। ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ। ਮਿਲਦੇ ਹਾਂ ਖਬਰਾਂ ਦੇ ਅਗਲੇ ਤਾਂ ਅਜਾ ਬਲੱਟਿਨ ਦੇ ਨਾਲ ਤਦ ਤੱਕ ਦੇ ਲਈ ਮਿਹਰਬਾਨੀ, ਧੰਨਵਾਦ ਜੀ।